सहुं चुक समागम तो बाद कुलदीप सिंह धालीवाल साडे नाल ने गलबात करदे हां। धालीवाल साहब अज फिर सहुं चुक ली, सहुं चुक आए सी अज, इन्ना प्रोग्राम सीगा, स्पीकर साहब ने सहुं चुकाई, सहुं चुक ली। की प्लानिंग है हुण फिर अगे, सहुं तां चुक ली की भाई नूं हुण सैशन च आवांगे फिर, ते बाकी तां मान साहब सीएम साहब जो भी अगला प्रोग्राम देणगे ਉਹ ਪ੍ਰੋਗਰਾਮ ਨੂੰ ਲਾਗੂ ਕਰਦਾ। ਅਧਿਕਾਰਕ ਤੌਰ ਤੇ ਅੱਜ ਫਿਰ ਕੰਮ ਸ਼ੁਰੂ ਕਰਤਾ ਕਰਤਾ ਜੀ ਮਾਨ ਸਾਹਿਬ ਕਹਿੰਦੇ ਸੀ ਵੀ ਬਾਲਾ ਦੇਰ ਨਹੀਂ ਕਰਨੀ, ਦੇਰ ਤਾਂ ਬਹੁਤ ਹੋ ਗਈ, ਪਹਿਲਾਂ ਦੇਸ਼ ਆਜ਼ਾਦ ਹੋਏ ਨੂੰ ਬਹੁਤ ਸਮਾਂ ਹੋ ਗਿਆ, ਕੰਮ ਕੋਈ ਨਹੀਂ ਹੋਇਆ। ਹਾਂ ਨਹੀਂ ਨਹੀਂ ਦੇਰ ਨਹੀਂ ਕਰਨੀ, ਸਮਝ ਲਓ ਕੰਮ ਤੇ ਲੱਗ ਗਏ ਜੀ, ਅੱਜ ਕੰਮ ਤੇ ਲੱਗ ਗਏ ਅੱਜ। ਜੋ ਵੀ ਅੱਜ ਮਾਨ ਸਾਹਿਬ ਨਵਾਂ ਪ੍ਰੋਗਰਾਮ ਦੇਣਗੇ ਬਸ ਉਹਨੂੰ ਥੱਲੇ ਆਪਣੇ ਹਲਕੇ 'ਚ ਜਾ ਕੇ ਲਾਗੂ ਕਰਾਂਗੇ। ਕੋਈ ਪ੍ਰੋਗਰਾਮ ਦਿੱਤਾ ਹੁਣ ਤੱਕ ਕਿ ਨਹੀਂ? ਆ ਦੇਰ ਹੈ, ਹੁਣੇ ਪਤਾ ਲੱਗਾ, ਹੁਣੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ, ਦੇਣਗੇ ਪ੍ਰੋਗਰਾਮ। ਮੀਟਿੰਗ ਵੀ ਹੈ ਕੋਈ? ਅਜੇ ਤੇ ਮੀਟਿੰਗ ਸਾਨੂੰ ਤਾਂ ਨਹੀਂ ਮੈਸੇਜ ਆਇਆ ਕੋਈ। हाँ मैनू नहीं आया, बस विचार चर्चा हुई किवें किवें काम करना? नहीं नहीं अजे नहीं हुई, अजे नहीं, अजे तो सहु चुके वेले हुए हैं, हम शाम को सदन गए सीएम साहब तो फिर सहु चुकी तो बधाई दी हाँ, बधाई एक दूजे मिले हैं सारे, इंट्रोड्यूस हुए सारे। हाँ जी हाँ जी हाँ जी। ਤੁਸੀਂ ਕੀ ਸੋਚਿਆ ਆਪਣੇ ਹਲਕੇ ਦੇ ਵਿੱਚ ਆਪਣੀ ਆਪਣੀ ਐਜੂਕੇਸ਼ਨ ਤੇ ਹੈਲਥ ਜਿਹੜੀ ਬਹੁਤ ਬੁਰਾ ਹਾਲ ਆ ਬਾਰਡਰ ਦਾ ਏਰੀਆ, ਉਹਨੂੰ ਠੀਕ ਕਰਨ ਤੇ ਟਾਈਮ? ਹਾਂਜੀ, ਆਮ ਆਦਮੀ ਪਾਰਟੀ ਦੋ ਗੱਲਾਂ ਹੀ ਜ਼ਿਆਦਾ ਕਰ ਰਹੀ ਹੈ, ਹੈਲਥ ਤੇ ਐਜੂਕੇਸ਼ਨ ਮੁੱਦੇ ਹੋਰ ਜ਼ਰੂਰੀ, ਬਹੁਤ ਵੱਡਾ ਬੁਨਿਆਦੀ ਮੁੱਦਾ ਹੈ। ਐਜੂਕੇਸ਼ਨ ਬਰਬਾਦ ਹੋ ਗਈ ਸਾਡੀ ਤੇ ਹੈਲਥ ਦਾ, ਸਰਕਾਰੀ ਜਿਹੜੇ ਹਸਪਤਾਲ ਉਹ ਵੀ ਬਰਬਾਦ ਹੋ ਗਏ, ਇਸ ਕਰਕੇ ਇਹਨਾਂ ਨੂੰ ਠੀਕ ਕਰਨਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਵਿਰੋਧੀ ਧਿਰ ਇਹ ਵੀ ਸਵਾਲ ਉਠਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਵੇਂ ਨੇ, ਐਕਸਪੀਰੀਅੰਸ ਨਹੀਂ ਤੇ ਦਬਕੇ ਵੀ ਮਾਰੇ ਜਾ ਰਹੇ ਉਹਨਾਂ ਵੱਲੋਂ, ਠੀਕ ਨਹੀਂ? ਕੁਛ ਨਹੀਂ ਭਾਜੀ, ਐਵੇਂ ਵਿਰੋਧੀ ਧਿਰ ਕੋ ਗੱਲ ਨਹੀਂ ਕਹਿਣ ਲਈ, ਇਸ ਕਰਕੇ ਉਦਾਂ ਹੋ ਜਾਂਦੇ। ਵਿਰੋਧੀ ਧਿਰ ਕਿੱਥੇ, ਚਾਰ ਤੇ ਬੈਠੇ ਅੰਦਰ। ਚਲੋ ਜੀ, ਕੁਲਦੀਪ ਸਿੰਘ ਧਾਲੀਵਾਲ ਵਿਧਾਇਕ ਬਣੇ, ਸਹੁੰ ਚੁੱਕ ਸਮਾਗਮ ਹੋ ਗਿਆ, ਕਹਿੰਦੇ ਨੇ ਕਿ ਅਸੀਂ ਹੁਣ ਕੰਮ ਕਰਾਂਗੇ, ਜਲਦੀ ਕਰਾਂਗੇ। ਹੁਣ ਦੇਖਦੇ ਹਾਂ ਆਮ ਆਦਮੀ ਪਾਰਟੀ ਕੀ ਕੰਮ ਕਰਦੀ ਹੈ, ਪੰਜਾਬ ਦਾ ਭਵਿੱਖ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਵਿੱਚ ਹੈ, ਅਤੇ ਪੰਜਾਬ ਦਾ ਭਵਿੱਖ ਕਿੰਨਾ ਕੁ ਸਵਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਆਨਮਿਊਟ, ਚੰਡੀਗੜ੍ਹ।